ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ। ਮਹੱਤਵਪੂਰਨ ਟੌਪਿਕ ਹੈ, ਮਨਪ੍ਰੀਤ ਸਿੰਘ ਚੀਮਾ ਮੇਰੇ ਨਾਲ ਨੇ, ਸਟੱਡੀ ਸਕੇਅਰ ਤੋਂ ਨੇ। ਮੈਂ ਹਮੇਸ਼ਾ ਜ਼ਿਕਰ ਕਰਦਾ ਕਿ ਸਟੱਡੀ ਸਕੇਅਰ ਅਜਿਹੀ ਕੰਪਨੀ ਹੈ ਜਿਹੜੀ ਆਸਟ੍ਰੇਲੀਆ ਦੀਆਂ ਯੂਨੀਵਰਸਿਟੀਜ਼ ਤੋਂ, ਬਹੁਤ ਸਾਰੀਆਂ ਯੂਨੀਵਰਸਿਟੀ ਤੋਂ ਆਥੋਰਾਈਜ਼ਡ ਹੈ। ਉਹਨਾਂ ਦੇ ਨਾਲ ਡਾਇਰੈਕਟ ਏਜੰਟ ਦੇ ਤੌਰ 'ਤੇ ਇਹ ਕੰਪਨੀ ਕੰਮ ਕਰਦੀ ਹੈ। ਸੋ ਤੁਸੀਂ ਅਗਰ ਸਟੱਡੀ ਸਕੇਅਰ ਨਾਲ ਵੀਜ਼ਾ ਅਪਲਾਈ ਕਰਦੇ ਹੋ ਤਾਂ ਤੁਹਾਨੂੰ ਸਕਸੈਸ ਰੇਟ ਜ਼ਿਆਦਾ ਮਿਲਦਾ। ਹੁਣ ਅੱਜ ਵਿਸ਼ਾ ਬਹੁਤ ਮਹੱਤਵਪੂਰਨ ਹੈ। ਆਸਟ੍ਰੇਲੀਆ ਦੇ ਵਿੱਚ ਕਈ ਅਜਿਹੇ ਸ਼ਹਿਰ ਨੇ ਜਿੱਥੇ ਵੀਜ਼ਾ ਬੜੀ ਤੇਜ਼ੀ ਦੇ ਨਾਲ ਆ ਰਿਹਾ ਹੈ ਅੱਜ ਦੇ ਸਮੇਂ 'ਚ, ਸ਼ਹਿਰੀ ਖੇਤਰਾਂ 'ਚ ਔਰ ਦਿਹਾਤੀ ਖੇਤਰਾਂ 'ਚ। ਆਸਟ੍ਰੇਲੀਆ ਦੇ ਵਿੱਚ ਜਿਹੜਾ ਅਰਬਨ ਏਰੀਆ ਹੈ ਔਰ ਇਸੇ ਤਰ੍ਹਾਂ ਰੀਜਨਲ ਏਰੀਆ, ਬਹੁਤ ਸਾਰੀਆਂ ਯੂਨੀਵਰਸਿਟੀਆਂ ਰੀਜਨਲ ਏਰੀਆ ਦੇ ਵਿੱਚ ਵੀ ਨੇ। ਉੱਥੇ ਕਈ ਇੰਪੋਰਟੈਂਟ ਸ਼ਹਿਰ ਨੇ, ਮਹੱਤਵਪੂਰਨ ਸ਼ਹਿਰ ਨੇ, ਜਿੱਥੇ ਪਾਰਟ ਟਾਈਮ ਜੋਬਸ ਵੀ ਨੇ ਸਟੂਡੈਂਟਸ ਦੇ ਲਈ ਔਰ ਜਿੱਥੇ ਅਕੋਮੋਡੇਸ਼ਨ ਵੀ ਈਜ਼ਲੀ ਅਵੇਲੇਬਲ ਹੈ। ਇਹ ਸਾਰੇ ਸ਼ਹਿਰਾਂ ਦੇ ਵਿੱਚ ਕੀ ਸਥਿਤੀਆਂ ਨੇ ਅਗਰ ਸਾਡੇ ਨਵੇਂ ਵਿਦਿਆਰਥੀ ਐਡਮਿਸ਼ਨ ਲੈਣਾ ਚਾਹੁਣ, ਔਰ ਇਹਦੇ ਨਾਲ ਨਾਲ ਇਹ ਵੀ ਮੈਂ ਜਾਣਨਾ ਚਾਹੂੰਗਾ ਕਿ ਕਿਹੜੇ ਉਹ ਸ਼ਹਿਰ ਨੇ ਜਿੱਥੋਂ ਜ਼ਿਆਦਾ ਵੀਜ਼ਾ ਇਹਨਾਂ ਦਿਨਾਂ ਦੇ ਵਿੱਚ ਆ ਰਹੇ ਨੇ, ਮਤਲਬ ਕਿ ਉਹ ਕਿਹੜੀਆਂ ਯੂਨੀਵਰਸਿਟੀਜ਼ ਨੇ ਜਿਨ੍ਹਾਂ ਦੇ ਵੀਜ਼ੇ ਜ਼ਿਆਦਾ ਆ ਰਹੇ ਨੇ, ਜਿੱਥੇ ਟ੍ਰੈਂਡ ਜ਼ਿਆਦਾ ਹੈ। ਸੋ ਕਿਹੜੇ ਕਿਹੜੇ ਪ੍ਰੋਫਾਈਲ ਨੇ ਜਿਹੜੇ ਓਰੀਜਨਲ ਏਰੀਆ ਜਾਂ ਸ਼ਹਿਰ ਦੇ ਵਿੱਚ ਅਪਲਾਈ ਕਰ ਸਕਦੇ ਨੇ, ਇਹ ਤਮਾਮ ਪੁਆਇੰਟਸ ਡਿਸਕਸ ਕਰਾਂਗੇ। ਨਵੰਬਰ ਇਨਟੇਕ ਦੇ ਵਿੱਚ ਬਹੁਤ ਤੇਜ਼ੀ ਨਾਲ ਵੀਜ਼ਾ ਆ ਰਿਹਾ। ਗੱਲਾਂ ਹੋ ਰਹੀਆਂ ਸੀ ਕਿ ਜੁਲਾਈ ਇਨਟੇਕ ਤੋਂ ਵੀਜ਼ੇ ਕੱਟਣਗੇ, ਜੁਲਾਈ ਇਨਟੇਕ ਦੇ ਵਿੱਚ ਵੀ ਵੀਜ਼ਾ ਬਹੁਤ ਆਇਆ। ਹੁਣ ਨਵੰਬਰ ਇਨਟੇਕ ਦੇ ਨਾਲ ਕਈ ਯੂਨੀਵਰਸਿਟੀਜ਼ ਨੇ ਅਕਤੂਬਰ ਔਰ ਦਸੰਬਰ ਇਨਟੇਕ ਦੇ ਵਿੱਚ ਵੀ ਆਪਣੇ ਜਿਹੜੇ ਐਡਮਿਸ਼ਨ ਸਟਾਰਟ ਕੀਤੀ ਹੈ। ਸੋ ਚੀਮਾ ਜੀ ਨਾਲ ਇਸ ਨੰਬਰ 'ਤੇ ਸੰਪਰਕ ਕਰਕੇ ਤੁਸੀਂ ਹੋਰ ਕਲੈਰਿਟੀ ਲੈ ਸਕਦੇ ਹੋ। ਫਿਲਹਾਲ ਚੀਮਾ ਜੀ, ਮੈਂ ਚਾਹੂੰਗਾ ਕਿ ਇਹ ਸਾਰੇ ਵਿਸ਼ੇ ਤੁਸੀਂ ਐਡਰੈਸ ਕਰੋ। ਦੇਖੋ, ਏਰੀਆ ਬਹੁਤ ਵੱਡਾ ਰੋਲ ਪਲੇ ਕਰਦਾ ਹੈ ਸਿਲੈਕਸ਼ਨ ਦੇ ਵਿੱਚ, ਬਿਕੋਜ਼ ਜਿਹੜੇ ਰੀਜਨਲ ਏਰੀਆਜ਼ ਹੈ, ਜਿਹੜੇ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਕਿ ਡਿਵੈਲਪਡ ਸਿਟੀਜ਼ ਤੋਂ ਹਟ ਕੇ ਹੈ, ਜਿੱਦਾਂ ਪੁਰਾਣੇ ਸਿਟੀਜ਼ ਜਿਹੜੇ ਵੱਡੇ, ਮੈਲਬਰਨ, ਸਿਡਨੀ, ਡਿਵੈਲਪ ਤਾਂ ਸਾਰੇ ਹੀ ਆਸਟ੍ਰੇਲੀਆ, ਉਹਨਾਂ ਦੇ ਰੀਜਨਲ ਏਰੀਆਜ਼ ਵੀ ਉਨੇ ਹੀ ਡਿਵੈਲਪਡ ਹੈ। ਬਟ ਐਜ਼ ਕੰਪੇਰੇਟਿਵ ਟੂ, ਮੈਨੂੰ ਲੱਗਦਾ ਮੈਲਬਰਨ, ਸਿਡਨੀ ਤੋਂ ਸਿਰਫ ਪਾਪੂਲੇਸ਼ਨ ਦੇ ਆਧਾਰ 'ਤੇ ਹੀ ਅਸੀਂ ਕਹਿ ਸਕਦੇ ਹਾਂ ਕਿ ਇੰਨੇ ਡਿਵੈਲਪ ਨਹੀਂ ਹੈ, ਅਤੇ ਪਾਪੂਲੇਸ਼ਨ ਥੋੜ੍ਹੀ ਘੱਟ ਹੈ। ਤਾਂ ਹੀ ਹਾਈ ਕਮਿਸ਼ਨ ਚਾਹੁੰਦਾ ਕਿ ਜਿਹੜੇ ਸਾਡੇ ਰੀਜਨਲ ਏਰੀਆਜ਼ ਹੈ ਉਹਨਾਂ ਨੂੰ ਅਸੀਂ ਪ੍ਰਮੋਟ ਕਰੀਏ ਕਿ ਉੱਥੇ ਪਾਪੂਲੇਸ਼ਨ ਵਧੇ, ਸਿਟੀਜ਼ ਤੋਂ ਬਾਹਰ ਨਿਕਲੇ। ਕਿਉਂਕਿ ਅਗਰ ਸਿਟੀ ਦੇ ਵਿੱਚ ਹੀ ਇੰਨੀ ਪਹਿਲਾਂ ਹੀ ਇੰਨਾ ਸਟੂਡੈਂਟ ਹੋ ਚੁੱਕਿਆ ਕਿ ਕੰਮ ਦੀ ਦਿੱਕਤ ਆਉਂਦੀ ਹੈ, ਬੱਚਿਆਂ ਨੂੰ ਰਹਿਣ ਦੀ ਦਿੱਕਤ ਆਉਂਦੀ, ਐਕਸਪੈਂਸਿਵ ਨੇ ਜਿਹੜੇ ਸਿਟੀਜ਼ ਨੇ ਪੁਰਾਣੇ, ਤਾਂ ਮੈਨੂੰ ਲੱਗਦਾ ਰੀਜਨਲ ਏਰੀਆ ਬਹੁਤ ਬਹੁਤ ਵੱਡਾ ਬੈਨੀਫਿਟ ਹੈ ਬੱਚਿਆਂ ਦੇ ਲਈ। ਅਗਰ ਉਹ ਰੀਜਨਲ ਏਰੀਆ 'ਚ ਪੜ੍ਹਦੇ ਆ, ਦੇਖੋ ਰਹਿਣਾ ਥੋੜ੍ਹਾ ਜਿਹਾ ਸਸਤਾ ਐਜ਼ ਕੰਪੇਰੇਟਿਵ ਟੂ ਦੂਸਰੇ ਸਿਟੀਜ਼ ਦੇ, ਟਰੈਵਲਿੰਗ ਸਸਤੀ ਹੈ, ਠੀਕ ਹੈ ਜੀ, ਔਰ ਫੀਸ ਦੇ ਉੱਪਰ ਵੀ ਥੋੜ੍ਹਾ ਜਿਹਾ ਯੂਨੀਵਰਸਿਟੀਜ਼ ਸਕਾਲਰਸ਼ਿਪ ਅੱਛੀ ਦੇ ਦਿੰਦੀਆਂ ਅਗਰ ਕੋਈ ਰੀਜਨਲ ਦੇ ਵਿੱਚ ਅਪਲਾਈ ਕਰ ਰਹੀ ਹੈ। ਪਲੱਸ ਗੌਰਮੈਂਟ ਖੁਦ ਚਾਹੁੰਦੀ ਹੈ ਰੀਜਨਲ ਨੂੰ ਪ੍ਰਮੋਟ ਕਰਨਾ, ਉਹ ਇੱਕ ਸਾਲ ਦਾ ਐਕਸਟਰਾ ਵਰਕ ਪਰਮਿਟ ਦੇ ਰਹੀ ਹੈ, ਕੁਝ ਪੁਆਇੰਟਸ ਐਕਸਟਰਾ ਮਿਲਦੇ ਆ ਬੱਚੇ ਨੂੰ ਰੀਜਨਲ ਦੇ ਵਿੱਚ ਪੜ੍ਹਨ ਦੇ। ਤਾਂ ਰੀਜਨਲ ਦੇ ਬਹੁਤ ਮੇਜਰ ਬੈਨੀਫਿਟਸ ਐਜ਼ ਕੰਪੇਰੇਟਿਵ ਟੂ ਦਾ ਸਿਟੀਜ਼। ਦੂਜੀ ਗੱਲ, ਤੁਸੀਂ ਏਰੀਆ ਕਿਹਾ, ਕਿੱਦਾਂ ਦੇ ਬੱਚੇ ਨੂੰ ਕਿੱਦਾਂ ਦੇ ਏਰੀਆ ਦੇ ਵਿੱਚ ਜਾਣਾ ਚਾਹੀਦਾ। ਹੁਣ ਕੁਝ ਬੱਚਿਆਂ ਮਾਈਨਿੰਗ ਵਗੈਰਾ ਦੇ ਵਿੱਚ ਕੋਰਸਿਸ ਦੇ ਵਿੱਚ ਜਾਣਾ ਚਾਹੁੰਦੇ, ਉਹਨਾਂ ਨੂੰ ਪਤਾ ਕਿ ਵੈਸਟਰਨ ਆਸਟ੍ਰੇਲੀਆ ਦੇ ਵਿੱਚ ਮਾਈਨਿੰਗ ਦੇ ਕੋਰਸ, ਮਾਈਨਿੰਗ ਦਾ ਕੰਮ ਹੈ, ਤਾਂ ਮਾਈਨਿੰਗ ਦੇ ਕੋਰਸਿਸ ਵੀ ਉੱਥੇ ਨੇ ਜ਼ਿਆਦਾ ਨੇ। ਅਗਰ ਕੋਈ ਮੈਰੀਨ ਨਾਲ ਰਿਲੇਟਡ ਪੜ੍ਹਨਾ ਚਾਹੁੰਦਾ, ਤਸਮੈਨੀਆ 'ਚ ਬਹੁਤ ਅੱਛੇ ਕੋਰਸਿਸ ਆ। ਤਾਂ ਏਰੀਆ ਵੀ, ਯੈਸ ਡੈਫੀਨੇਟਲੀ, ਏਰੀਆ ਵੀ ਤੁਹਾਨੂੰ ਸੋਚ ਕੇ ਸਮਝ ਕੇ ਚੂਜ਼ ਕਰਨਾ ਚਾਹੀਦਾ ਕਿ ਤੁਸੀਂ ਐਕਚੁਅਲ ਦੇ ਵਿੱਚ ਕਿੱਥੇ ਪੜ੍ਹਨਾ ਚਾਹੁੰਦੇ ਹੋ। ਗ੍ਰਿਫਿਥ ਯੂਨੀਵਰਸਿਟੀ ਹੈ, ਜਿੱਦਾਂ ਕਿ ਉਹਨਾਂ ਦੇ ਦੋ ਕੈਂਪਸਿਸ ਆ, ਉਹਨਾਂ ਦੀ ਨਰਸਿੰਗ ਬਹੁਤ ਅੱਛੀ ਹੈ, ਨਰਸਿੰਗ ਦੇ ਵਿੱਚ ਐਜ਼ ਕੰਪੇਰੇਟਿਵ ਟੂ ਅਦਰ ਯੂਨੀਵਰਸਿਟੀਜ਼ ਦੇ ਵਿੱਚ ਉਹਨਾਂ ਦਾ ਇੰਪਲੋਇਮੈਂਟ ਰੇਸ਼ੋ ਬਹੁਤ ਅੱਛਾ। ਇੱਦਾਂ ਅਲੱਗ ਅਲੱਗ ਯੂਨੀਵਰਸਿਟੀਜ਼ ਦੇ ਅਲੱਗ ਅਲੱਗ ਬੈਨੀਫਿਟਸ ਹੈ। ਪਹਿਲਾਂ ਤਾਂ ਬੱਚੇ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਮੈਂ ਕੀ ਪੜ੍ਹਨਾ, ਫਿਰ ਮੈਂ ਕਿਸ ਏਰੀਆ 'ਚ ਜਾਣਾ, ਉਸ ਏਰੀਆ ਦੇ ਮੈਨੂੰ ਕੀ ਬੈਨੀਫਿਟਸ ਮਿਲਣਗੇ। ਓਬਵੀਅਸਲੀ ਰੀਜਨਲ ਏਰੀਆਜ਼ ਆਰ ਆਲਵੇਜ਼ ਬੈਟਰ ਦੈਨ ਦਾ ਜਿਹੜੇ ਪੁਰਾਣੇ ਅਰਬਨ ਏਰੀਆਜ਼ ਨੇ ਉਹਨਾਂ ਨਾਲੋਂ। ਦੇਖੋ, ਬਹੁਤ ਫਰਕ ਹੈ ਇਹਦੇ ਵਿੱਚ। ਰੀਜਨਲ ਏਰੀਆਜ਼ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਕਿ ਲਿਵਿੰਗ ਐਕਸਪੈਂਸਿਸ ਆਲਮੋਸਟ 25-30% ਘੱਟ ਹੈ, ਠੀਕ ਹੈ, ਥੋੜ੍ਹੀ ਅਕੋਮੋਡੇਸ਼ਨ ਈਜ਼ਲੀ ਮਿਲ ਜਾਂਦੀ ਹੈ, ਔਰ
ਯੈਸ ਟਰੈਵਲਿੰਗ ਵੀ ਸਸਤੀ ਹੈ ਕਿਉਂਕਿ ਉਹਨਾਂ ਦੀਆਂ ਆਪਣੀਆਂ ਸਟੇਟ ਗੌਰਮੈਂਟਸ ਜਾਂ ਉਸ ਰੀਜਨਲ ਏਰੀਆਜ਼ ਦੇ ਵਿੱਚ ਜਿਹੜੀਆਂ ਗੌਰਮੈਂਟਸ ਨੇ ਆਪਣਾ ਉਹ ਬਹੁਤ ਅੱਛੇ ਬੈਨੀਫਿਟਸ ਬੱਚਿਆਂ ਨੂੰ ਦਿੰਦੀਆਂ, ਟਰੈਵਲ ਕਾਰਡਸ ਜੇ ਵੋ ਜਿਹੜੀਆਂ ਚੀਜ਼ਾਂ ਬਹੁਤ ਬੱਚੇ ਨੂੰ ਬੈਨੀਫਿਟ ਕਰਦੀਆਂ। ਹਰ ਛੋਟੇ ਛੋਟਾ ਪੈਸਾ ਮੈਟਰ ਕਰਦਾ ਕਿਉਂਕਿ ਇੱਥੋਂ ਪੇਰੈਂਟਸ ਬੱਚਿਆਂ ਨੂੰ ਭੇਜ ਰਹੇ ਆ ਉੱਥੇ, ਔਰ ਆਪਾਂ ਇੱਥੋਂ ਇੰਡੀਅਨ ਰੁਪੀਜ਼ ਨੂੰ ਕਨਵਰਟ ਕਰਕੇ ਡੋਲਰਸ 'ਚ ਬੱਚਿਆਂ ਨੂੰ ਉੱਥੇ ਖਰਚਣ ਲਈ ਦਿੰਦੇ ਹਾਂ। ਮੈਨੂੰ ਲੱਗਦਾ ਹਰ ਪੈਨੀ ਹਰ ਡੋਲਰ ਮੈਟਰ ਕਰਦਾ ਉਸ ਚੀਜ਼ ਦੇ ਵਿੱਚ, ਜਿੱਥੇ ਪੈਸੇ ਬਚਦੇ ਆ ਬਚਾਉਣੇ ਚਾਹੀਦੇ ਆ। ਔਰ ਰੀਜਨਲ ਦੇ ਵਿੱਚ ਓਬਵੀਅਸਲੀ ਕਿ ਜਿਹੜੀ ਵੇਜਿਸ ਵੀ ਜ਼ਿਆਦਾ ਨੇ ਐਜ਼ ਕੰਪੇਰੇਟਿਵ ਟੂ ਸਿਟੀਜ਼, ਔਰ ਕੰਪੀਟੀਸ਼ਨ ਥੋੜ੍ਹਾ ਘੱਟ ਹੈ ਕਿਉਂਕਿ ਬੱਚੇ ਘੱਟ ਹੈ ਓਬਵੀਅਸਲੀ। ਅਗਰ ਯੂਨੀਵਰਸਿਟੀਜ਼ ਵੀ ਲਿਮਿਟਡ ਹੈ ਤਾਂ ਉਨੇ ਇੰਟਰਨੈਸ਼ਨਲ ਸਟੂਡੈਂਟਸ ਵੀ ਘੱਟ ਹੋਣਗੇ। ਆਪਸ਼ਨਸ ਹਮੇਸ਼ਾ ਦੇਖੋ, ਜਿੱਦਾਂ ਸਾਡੇ ਇੱਥੇ ਕੰਪੇਅਰ ਕਰੀਏ ਕਿ ਜਿੱਦਾਂ ਦਿੱਲੀ 'ਚ ਆਪਸ਼ਨਸ ਹੈ ਜਿਹੜੀਆਂ, ਅਗਰ ਅਸੀਂ ਬੈਂਗਲੌਰ ਜਾਈਏ ਬੈਂਗਲੌਰ ਹੋਰ ਕੋਸਟਲੀ ਹੋ ਜਾਂਦਾ, ਤਾਂ ਜੇ ਅਸੀਂ ਉਹੀ ਚੰਡੀਗੜ੍ਹ ਆਉਂਦੇ ਹਾਂ ਜਾਂ ਚੰਡੀਗੜ੍ਹ ਤੋਂ ਅੱਗੇ ਕਿਤੇ ਜਾਂਦੇ ਹਾਂ ਉਹ ਥੋੜ੍ਹਾ ਸਸਤਾ ਹੁੰਦੀਆਂ ਜਾਂਦੀਆਂ ਚੀਜ਼ਾਂ, ਅਕੋਮੋਡੇਸ਼ਨ ਸੀ ਇਹ ਉਹ, ਤਾਂ ਸੇਮ ਕੰਪੈਰੀਜ਼ਨ ਉੱਥੇ ਹੈ ਕਿ ਅਗਰ ਤੁਸੀਂ ਵੱਡੇ ਪੁਰਾਣੇ ਸਿਟੀ 'ਚ ਜਾਓਗੇ ਉਹ ਬਹੁਤ ਕੋਸਟਲੀ ਨੇ, ਅਗਰ ਤੁਸੀਂ ਰੀਜਨਲ ਏਰੀਆ 'ਚ ਜਾਓਗੇ ਉੱਥੇ ਹਰ ਚੀਜ਼ ਤੁਹਾਨੂੰ ਸਸਤੀ ਮਿਲੇਗੀ। ਦੇਖੋ ਰੀਜਨਲ ਏਰੀਆਜ਼ ਕਾਫੀ ਨੇ, ਗੋਲਡ ਕੋਸਟ ਹੈ, ਐਡਲੇਡ ਹੈ, ਹਰ ਸਿਟੀ ਈਵਨ ਕਿ ਮੈਲਬਨ ਦੇ ਸਰਾਊਂਡਿੰਗਸ ਦੇ ਵਿੱਚ ਵੀ ਰੀਜਨਲ ਏਰੀਆਜ਼ ਹੈ ਜਿਨ੍ਹਾਂ ਦਾ ਲੋਕਾਂ ਨੂੰ ਪਤਾ ਹੀ ਨਹੀਂ ਹੈ। ਲੋਕ ਸੋਚਦੇ ਸਿਰਫ ਜਿਹੜਾ ਮੈਲਬਨ ਹੈ ਉਹ ਰੀਜਨਲ 'ਚ ਨਹੀਂ ਆਉਂਦਾ, ਮੈਲਬਨ ਦੀ ਜਿਹੜੇ ਆਊਟਸਕਰਟ ਏਰੀਆਜ਼ ਹੈ, ਜਿਲੋਂਗ ਹੈ, ਬੈਂਡੀਗੋ ਹੈ, ਇਹ ਸਾਰੇ ਜਿਹੜੇ ਰੀਜਨਲ ਏਰੀਆਜ਼ ਹੀ ਆਉਂਦੇ ਆ। ਤਾਂ ਬੱਚੇ ਨੂੰ ਥੋੜ੍ਹੀ ਜਿਹੀ ਰਿਸਰਚ ਕਰਨੀ ਚਾਹੀਦੀ ਹੈ। ਬ੍ਰਿਸਬਨ ਤੋਂ ਅੱਗੇ ਕੇਨਸ ਹੈ, ਕੇਨਸ ਇੱਕ ਰੀਜਨਲ ਏਰੀਆ, ਵਲਨਗੋਂਗ ਹੈ, ਉਹ ਰੀਜਨਲ ਹੈ। ਤਾਂ ਬਹੁਤ ਏਰੀਆਜ਼ ਹੈ, ਤੁਹਾਨੂੰ ਔਨਲਾਈਨ ਤੁਸੀਂ ਰਿਸਰਚ ਕਰੋ, ਦੇਖੋ ਯੂਨੀਵਰਸਿਟੀਜ਼ ਕਿਹੜੀਆਂ ਨੇ, ਕੈਂਪਸਿਜ਼ ਕਿਹੜੇ ਆ, ਕੋਰਸਿਸ ਕਿਹੜੇ ਅਵੇਲੇਬਲ ਹੈ, ਫਿਰ ਤੁਸੀਂ ਪੂਰਾ ਸੋਚ ਸਮਝ ਕੇ ਆਪਣੇ ਲਈ ਇੱਕ ਲੋਕੇਸ਼ਨ ਨੂੰ ਸਿਲੈਕਟ ਕਰੋ ਅਤੇ ਉਹਦੇ 'ਚ ਅਪਲਾਈ ਕਰੋ। ਚਲੋ ਬਹੁਤ ਬਹੁਤ ਧੰਨਵਾਦ ਰੀਜਨਲ ਏਰੀਆ ਦੇ ਔਰ ਅਰਬਨ ਏਰੀਆਜ਼ ਦੇ ਜਿਹੜੇ ਯੂਨੀਵਰਸਿਟੀਜ਼ ਨੇ ਉਹਨਾਂ ਬਾਰੇ ਬਹੁਤ ਚੰਗੀ ਤਰ੍ਹਾਂ ਐਕਸਪਲੇਨ ਕੀਤਾ ਮਨਪ੍ਰੀਤ ਚੀਮਾ ਜੀ ਨੇ। ਸੋ ਸਾਰੇ ਵਿਦਿਆਰਥੀ ਸਕਰੀਨ 'ਤੇ ਨੰਬਰ ਨੋਟ ਕਰਕੇ ਜ਼ਰੂਰ ਕਾਲ ਕਰਨ। ਥੈਂਕ ਯੂ ਸੋ ਮਚ।